ਅੰਮ੍ਰਿਤਸਰ ਦੇ ਅਕਾਲੀ ਭਾਜਪਾ ਦੇ ਹਰਦੀਪ ਪੁਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੁਆਰਾ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਰਦੀਪ ਪੁਰੀ ਨੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਕਾਂਗਰਸ ਦੁਆਰਾ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਮੈਨੀਫੈਸਟੋ ਵਿੱਚ ਦਿੱਤੇ ਗਏ ਵਾਅਦੇ ਵੀ ਉਹਨਾਂ ਦੁਆਰਾ ਪੂਰੇ ਨਹੀਂ ਕੀਤੇ ਗਏ। ਐਸਾ ਹੈ ਥਿੰਕ ਟੈਂਕਸ ਜੋ ਹੋਤੇ ਹੈ ਉਹ ਇੰਡੀਪੈਂਡੈਂਟ ਹੋਤੇ ਹੈ। ਅਗਰ ਉਹ ਥਿੰਕ ਟੈਂਕਸ ਜੋ ਰਿਜ਼ਲਟ ਪ੍ਰੋਡਿਊਸ ਕਰਤੇ ਹੈ तो हमें पसंद आ जाए तो हम उनके साथ बैठ के तैयार हैं। हमारे पार्टी के जो विरोध में हैं वो भी अगर रिपोर्ट प्रोड्यूस करते हैं और हमें वहां से चीज कोई उठानी पड़े तो हम उसका भी उनके साथ बैठने को तैयार है। एक एक कौन ने उस इशू नहीं है जो इन्होंने रिपोर्ट लिखा आएगा वो जो उन्होंने कांग्रेस की मैनीफेस्टो दी। देखो जी मनु तो हैरानगी हो रही है, मैं हफ्ता हो गया कैंपेन कर दिया, मैं एक गल नहीं सुनी किसी कांग्रेस नेता को कि असी ये वादा किया सी ते इन असी कर दिखाया। ਉਹ ਨਹੀਂ ਉਹ ਪਤਾ ਕੀ ਕਹਿੰਦੇ ਨੇ, ਪੂਰੀ ਸਾਹਿਬ ਆਊਟਸਾਈਡਰ ਨੇ, ਭਾਰਤੀ ਜਨਤਾ ਪਾਰਟੀ ਮੈਂ ਮੌਤ ਮਤਭੇਦ ਹੈ, ਭਾਰਤੀ ਜਨਤਾ ਪਾਰਟੀ ਦੇ ਲੀਡਰ ਉਹਨਾਂ ਨਾਲ ਚੱਲਦੇ ਨਹੀਂ ਨਾ, ਤੇ ਇਹੋ ਜਿਹੀਆਂ ਗੱਲਾਂ ਕਰਦੇ। ਇਹ ਜੋ ਵੀ ਨੇ ਸਮਝ ਲਓ, ਅਗਰ ਇਹ ਵੀ ਸਮਝ ਲਓ ਕਿ ਇਹਨਾਂ ਦੀ ਇੰਟੈਲੈਕਚੁਅਲ ਓਰੀਐਂਟੇਸ਼ਨ ਹੈ, ਨੈਸ਼ਨਲਿਸਟ ਹੈ, ਦੇਸ਼ ਦਾ ਭਲਾ ਚਾਹੁੰਦੇ ਨੇ, ਅਸੀਂ ਇਹਨਾਂ ਨੂੰ ਸਵੀਕਾਰ ਕਰ ਲੈਣਾ। ਤੁਸੀਂ ਉਹ ਰਿਪੋਰਟ ਤੁਹਾਨੂੰ ਦੇ ਦਿੱਤੀ ਹੈ, ਤੁਸੀਂ ਇਹਨੂੰ ਪੜੋਗੇ? ਪੁਰੀ ਸਾਹਿਬ ਨੇ ਕੱਲ ਫੇਰ ਪ੍ਰੈਸ ਕਾਨਫਰੰਸ ਕਰਨੀ ਹੈ, ਕਿਤੇ ਕਨਵਿੰਸ ਨਹੀਂ ਹੋਗੇ? ਉੱਥੇ ਸਵਾਲ ਪੁੱਛਣਾ, ਉੱਥੇ ਸਵਾਲ ਪੁੱਛੋ, ਪੁੱਛ ਲੈਣਾ ਇਸ ਰਿਪੋਰਟ ਨਾਲ। ਮੈਂ ਦਾਅਵੇ ਨਾਲ ਕਹਿੰਦਾ ਸੁਰਜੀਤ, ਅਗਰ ਤੁਹਾਨੂੰ ਇੱਕ ਵੀ ਚੀਜ਼ ਨਜ਼ਰ ਆ ਗਈ ਪਹਿਲੇ ਤੇ ਇਹਨੂੰ ਪੜੋ, ਪੜ ਕੇ ਦੇਖੋ ਜੇ ਤੁਹਾਨੂੰ ਕੋਈ ਬਿੰਦੂ ਲੱਗੇ। ਜਾਂ ਅਮਰਿੰਦਰ ਸਿੰਘ ਜੀ ਕਹਿਣ ਕਿ ਮੈਂ 51,000 ਸ਼ਗਨ ਦਿੱਤਾ ਹੈ, ਮੈਂ ਨਸ਼ਾ ਖਤਮ ਕਰਤਾ ਹੈ, ਮੈਂ ਮੋਬਾਈਲ ਦਿੱਤੇ ਨੇ, ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ ਹੈ, ਮੈਂ ਸਕੂਲ ਬੰਦ ਨਹੀਂ ਕੀਤੇ, ਫਿਰ ਕੁਐਸਚਨ ਕਰ ਲੈਣਾ। ਚਲੋ ਮੈਂ ਦੱਸ ਦਿੰਦਾ ਜੀ, ਔਰ ਅਸੀਂ ਕਿਤਾ ਇਹ ਦੱਸਾਂਗੇ 67 ਆਫ ਦੀ ਪ੍ਰੋਮਿਸਸ ਵਰ ਨਾਟ ਫੁਲਫਿਲਡ। ਪਰ ਜਿਹੜੇ 3 ਸੀ ਉਹ ਟੋਟਲੀ ਮਿਸਲੀਡਿੰਗ ਸੀ, ਕਿਉਂਕਿ ਉਹਨਾਂ ਦੇ ਪ੍ਰੀਵਿਊ ਵਿੱਚ ਨਹੀਂ ਸੀ। ਜਿਸ ਤਰ੍ਹਾਂ 1 ਸੀ ਕਿ ਅਸੀਂ ਓਆਰਓਪੀ ਲਾਗੂ ਕਰਾਂਗੇ, ਹੁਣ ਰਾਜ ਸਰਕਾਰ ਦਾ ਓਆਰਓਪੀ ਲਾਗੂ ਕਰੇਗੀ। ਤੇ ਔਰ ਉਹਨਾਂ ਕੋਲੋਂ ਮੀਡੀਆ ਨੇ ਜਦੋਂ ਕੁਐਸਚਨ ਪੁੱਛਿਆ ਤੇ ਉਹਨਾਂ ਦੇ ਸਪੋਕਸਪਰਸਨ ਨੇ, ਬਲਕਿ ਉਹਨਾਂ ਦੇ ਸਪੋਕਸਪਰਸਨ ਨੇ ਮਨਾ ਕਰ ਦਿੱਤਾ ਉਸ ਰਿਪੋਰਟ ਤੇ ਕੋਈ ਕਮੈਂਟ ਕਰਨ ਦੇ। ਆਮ ਆਦਮੀ ਪਾਰਟੀ ਐਸਾ ਦੀ ਪਾਰਟੀ ਹੈ ਜੋ ਕੁਛ ਵੀ ਹੁੰਦਾ ਫਟਾਫਟ ਆ ਜਾਂਦੀ ਹੈ। ਮੈਂ ਤਾਂ ਬੇਨਤੀ ਕਰਾਂਗਾ ਕਿ ਕਾਂਗਰਸ ਪਾਰਟੀ ਇਸ ਰਿਪੋਰਟ ਤੇ ਕਮੈਂਟ ਕਰੇ। ਕਮੈਂਟ ਕਰੇ, ਪਤਾ ਕਿਉਂ ਕਮੈਂਟ? ਕਿਉਂਕਿ ਕਮੈਂਟ ਕਰੇਗੀ ਸਾਡਾ ਜਿਹੜਾ ਫੋਕਸ ਹੈਗਾ ਉਹ ਅਸਲੀ ਇਸ਼ੂਸ ਤੇ ਆਏਗਾ। ਹੁਣ ਜਿਹੜਾ ਫੋਕਸ ਹੈਗਾ ਉਹ ਬਿਲਕੁਲ ਇਰਰੈਲੇਵੈਂਟ ਗੱਲਾਂ ਤੇ ਹੈਗਾ, ਠੀਕ ਹੈ? ਇੱਥੇ ਨਸ਼ੇ ਤੇ ਉਹਨਾਂ ਨੇ ਕੀ ਕਿਹਾ ਸੀ ਤੇ ਕੀ ਕੀਤਾ, ਬੇਰੋਜ਼ਗਾਰੀ ਨੂੰ ਹੱਲ ਕਰਨ ਵਾਸਤੇ ਉਹਨਾਂ ਨੇ ਕੀ ਕਿਹਾ ਸੀ ਤੇ ਕੀ ਕੀਤਾ। ਮੈਂ ਤੁਹਾਡੇ ਥਰੂ ਬੇਨਤੀ ਕਰਨਾ ਕੈਪਟਨ ਸਾਹਿਬ ਨੂੰ, ਗੁਰਜੀਤ ਮੇਰੇ ਭਰਾ ਜੀ ਨੂੰ, ਬਾਕੀ ਕਾਂਗਰਸ ਪਾਰਟੀ ਦਾ ਕੋਈ ਵੀ ਹੈ ਉਹਨਾਂ ਨੂੰ ਕਹੋ ਆਪ ਇਸ ਰਿਪੋਰਟ ਪੇ ਕਮੈਂਟ ਕਰੇ, ਸਬਸਟੈਂਸ ਪੇ ਕਮੈਂਟ ਕਰੇ। ਪਰਸੈਂਟ ਉਹ ਵੀ ਦੇਖ ਲੀਜੀਏ, ਔਰ ਮੇਰੇ ਕੋ ਇਸ ਪੇ ਵੀ ਉਨਸੇ ਕਮੈਂਟ ਕਰਵਾਈਏ। ਹਾਂ ਹਾਂ ਵੈਬਸਾਈਟ ਪੇ ਸਭ ਅਵੇਲੇਬਲ, ਸਭ ਅਵੇਲੇਬਲ, ਇਸ ਕੋ ਵੀ ਦੇਖੀਏ। ਔਰ ਇਹ ਕੀਆ ਮਲਿਕ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਗੁਰਜੀ, ਪਹਿਲੀ ਗੱਲ ਤਾਂ ਇੱਕ ਸੈਕਿੰਡ, ਪੁਰੀ ਸਾਹਿਬ ਨੇ ਉਹਨੂੰ ਕਰੋ ਨਾ, ਅਰੇ ਕਰੋ, ਉਹ ਮੇਰਾ ਜਿਹੜਾ ਸੰਕਲਪ ਪੱਤਰ ਮੈਂ ਹੈਗਾ ਪੰਜਾਬੀ ਹਿੰਦੀ ਇੰਗਲਿਸ਼ ਵਿੱਚ, ਤੁਸੀਂ ਇੱਕ ਡਿਮਾਂਡ ਕਰੋ, ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੋਗਾ ਕਿ ਔਜਲਾ ਜੀ ਤੇ ਮੇਰੀ ਡਿਬੇਟ ਕਰਾ ਦਿਓ ਵਿਕਾਸ ਦੇ ਉੱਤੇ। ਤੁਹਾਡਾ ਜਿਹੜਾ ਹੈਗਾ ਸਵਾਲ ਅਸੀਂ ਉਹਨਾਂ ਨੂੰ ਪੁੱਛ ਲਵਾਂਗੇ। ਮਲਿਕ ਸਾਹਿਬ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵਾ ਕਿ ਗੁਰਜੀਤ ਔਜਲਾ ਅਨਪੜ੍ਹ ਹੈ। ਉਹ ਨਹੀਂ ਯਾਰ, ਉਹ ਜਿਹੜਾ ਵਾ ਵਿਜ਼ਨ, ਇਹ ਮੇਰਾ ਮੈਂ ਸੁਣੋ, ਤੁਹਾਡੀ ਪਾਰਟੀ ਦੇ ਵਿੱਚ ਵੀ ਕਈ ਅਜਿਹੇ, ਸੁਣੋ ਨਹੀਂ ਸੁਣੋ, ਮੈਂ ਮੇਰੀ ਸੁਣੋ, ਲੈਟ ਮੀ ਰਿਪਲਾਈ। ਇਸ ਕਰਕੇ ਕਿਹਾ ਹੈ ਕਿ ਉਹਨਾਂ ਦੇ 2 ਸਾਲ ਦੀ ਉਪਲਬਧੀ ਕਿੱਥੇ ਹੈ? ਜੇ ਉਪਲਬਧੀ ਹੈ ਤੇ ਜਿਸ ਤਰ੍ਹਾਂ ਪੁਰੀ ਸਾਹਿਬ, ਦੇਖੋ ਅਸੀਂ ਕਿਸੇ ਵਿਜ਼ਨ ਡਾਕੂਮੈਂਟ ਲਿਆ, ਮੈਨੂੰ ਸੈਂਟਰ ਕੰਟਰੋਲ ਦੀ ਲੋਕਲ, ਸੁਣੋ ਮੇਰੀ ਗੱਲ, ਅੰਡਰਸਟੈਂਡ ਕਰੋ ਜੀ, ਸੁਣੋ। ਸਿੰਪਲ ਕੁਐਸਚਨ ਹੈ ਕਿ ਅੱਜ ਬੀਜੇਪੀ ਪੁਰੀ ਸਾਹਿਬ ਨੇ, ਉਹਨਾਂ ਨੇ ਵਿਜ਼ਨ ਡਾਕੂਮੈਂਟ ਵੀ ਦੇ ਦਿੱਤਾ, ਮੋਦੀ ਜੀ ਦੀ ਸਰਕਾਰ ਦੀ ਉਪਲਬਧੀਆਂ ਦਾ ਡਾਕੂਮੈਂਟ ਦਿੱਤਾ, ਕਾਂਗਰਸ ਤੋਂ ਵੀ ਡਾਕੂਮੈਂਟ ਲੈ ਲਓ ਗੁਰਜੀਤ ਜੀ ਤੋਂ, ਉਹਨਾਂ ਨੇ 2 ਸਾਲ ਕੀ ਕੀਤਾ ਔਰ ਕਾਂਗਰਸ ਨੇ 2 ਸਾਲ ਕੀ ਕੀਤਾ। ਇਹ ਦੇ ਕੁਆਲੀਫਿਕੇਸ਼ਨਸ ਤੇ ਅਸੀਂ ਕਿਸੇ ਦੇ ਕੁਆਲੀਫਿਕੇਸ਼ਨਸ ਤੇ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ ਚਾਹੁੰਦੇ, ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੀਆਂ ਕੁਆਲੀਫਿਕੇਸ਼ਨਸ ਕੀ ਹੈਗੀਆਂ। ਅਸਲੀ ਮੁੱਦਾ ਇਹ ਹੈ ਕਿ ਵਿਕਾਸ ਵਾਸਤੇ ਕੀ ਉਹਨਾਂ ਨੇ ਕੰਮ ਕੀਤਾ, ਕਿ ਅਸੀਂ ਕੀਤਾ, ਮੇਰੀ ਜਿਹੜੀਆਂ ਸ਼ਹਿਰਾਂ ਦੀਆਂ ਸਕੀਮਾਂ ਨੇ ਉਹ ਮੈਂ ਕੱਲ੍ਹ ਜੋ ਪ੍ਰੈਸ ਕਾਨਫਰੰਸ ਹੋਏਗੀ ਉਹਦੇ ਤੁਹਾਨੂੰ ਦੱਸਾਂਗਾ।